ਅਸਲਾਮ ਵਾਲੇਕੁਮ ਦੋਸਤੋ, ਅੱਜ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਆਪਣੇ ਚੱਕ ਦਾ ਕਬਰਸਤਾਨ ਅਤੇ ਕੁਝ ਚੰਦ ਦੇ ਕਬਰਾਂ, ਆਪਣੇ ਅਜ਼ੀਜ਼ਾਂ ਦੀਆਂ, ਰਿਸ਼ਤੇਦਾਰਾਂ ਦੀਆਂ, ਦੋਸਤਾਂ ਦੀਆਂ ਕਬਰਾਂ ਵਗੈਰਾ ਵਿਖਾਵਾਂਗੇ, ਕਬਰਸਤਾਨ ਦਾ ਦੀਦਾਰ ਕਰਾਵਾਂਗੇ। ਅਤੇ ਇਹ ਦੋਸਤੋ, ਅਸੀਂ ਆਪਣੇ ਕਬਰਸਤਾਨ 'ਚ ਦਾਖਲ ਹੋ ਗਏ ਹਾਂ। ਇਹ ਦੋਸਤੋ, ਕਬਰਸਤਾਨ 'ਚ ਆ ਗਏ ਅਸੀਂ ਅਤੇ ਇਹ ਕਬਰਾਂ ਸਾਡੀਆਂ ਸਟਾਰਟ ਹੋ ਗਈਆਂ। ਹਫ਼ਤੇ 'ਚ ਇੱਕ ਵਾਰੀ, ਕੁਝ ਮਹੀਨੇ 'ਚ ਇੱਕ ਵਾਰੀ, ਯਾਨੀ ਕਿ ਜਦੋਂ ਟਾਈਮ ਲੱਗਣਾ ਕਿ ਮਹਿਮਾਨਾਂ ਤਰ੍ਹਾਂ ਆਉਂਦੇ, ਆਣ ਕੇ ਜੀ ਨੇ ਆਪਣੀ ਦੁਆ ਮੰਗੀ ਅਤੇ ਚਲੇ ਗਏ 10 ਮਿੰਟ ਖੜ੍ਹੇ ਬਹਿ ਹੈ ਨਾ। ਅਤੇ ਹਕੀਕਤ ਇਹੀ ਆ, ਯਾਨੀ ਕਿ ਅਸੀਂ ਸਾਰੀ ਜ਼ਿੰਦਗੀ ਗੁਜ਼ਾਰਦੇ ਹਾਂ ਇੱਥੇ ਆਉਣ ਵਾਸਤੇ, ਸਾਰੀ ਜ਼ਿੰਦਗੀ ਗੁਜ਼ਾਰ ਜਾਂਦੇ ਹਾਂ ਇੱਥੇ ਆਉਣ, ਕਿਉਂਕਿ ਐਂਡ ਤਾਂ ਇੱਥੇ ਹੋਣਾ, ਪਹੁੰਚ 10 ਸਾਲ, 20 ਸਾਲ, 50 ਸਾਲ, 100 ਸਾਲ। ਅਤੇ ਬਾਕੀ ਆਪਣਾ ਸ਼ਹਿਰ ਆ, ਕਹਿ ਲਓ ਕਿ ਇਹ ਆਪਾਂ ਉਹਨਾਂ ਵਾਸਤੇ ਕੀ ਆਏ ਹਾਂ, ਆਪਣਾ ਆਪਣੇ ਸ਼ਹਿਰ ਹੀ ਅਸੀਂ ਆਉਂਦੇ ਹਾਂ। ਇਹ ਮੁਨੱਵਰ ਭਾਈ ਦੀ ਕਬਰ,
ਇਹ ਮਾਸੀ ਜ਼ਬੈਦਾ ਮਾਸੀ ਦਿਨਨੀ ਦੀ ਕਬਰ। ਇਹ ਜਿਹੜੀ ਚਿੱਟੇ ਰੰਗ ਦੀ ਮੋਸਨ ਦੀ ਵਾਲਦਾ ਦੀ ਕਬਰ। ਇਹ ਇਹਤਸ਼ਾਮ ਅਜਮਲ ਦਾ ਬੇਟਾ ਇਹਤਸ਼ਾਮ ਉਰਫ ਲੱਖਾ ਭਤੀਜਾ ਸਾਡਾ ਉਹਦੀ ਕਬਰ। ਅਤੇ ਇਹ ਜਿਹੜੀ ਆਰਫ ਸਾਡੇ ਮੁਹੱਲੇ ਦਾ ਹੀ ਆਰਫ ਸ਼ਹਿਜ਼ਾਦ ਹੋਣਾ ਦਾ ਮਾਮੂ ਫੁੱਫੜ ਉਹਦੀ ਕਬਰ। ਅਤੇ ਇਹ ਸਾਡੀ ਤਾਏ ਤਾਈ ਤਾਈ ਦੀ ਕਬਰ ਤਾਈ ਬਰਕਤੇ ਦੀ ਕਬਰ। ਇਹ ਮਾਈ ਹੱਸੀ ਹੁਰਮਤ ਬੀਬੀ ਉਹਦੀ ਕਬਰ। ਇਹ ਮੁਦੱਸਰ ਭਾਈ ਦੇ ਦਾਦਾ ਜੀ ਗਲਬਣ ਇਹ ਇਫਤਖਾਰ ਦੇ ਬੱਚੇ ਛੋਟੀਆਂ ਕਬਰਾਂ। ਇਹ ਮਾਮਾ ਮਹਾਰਾਜ ਉਹਦੀ ਕਬਰ ਉਹਨਾਂ ਦੇ ਘਰਦਿਆਂ ਦੀ ਕਬਰ। ਅੱਲਾਹ ਅਕਬਰ। ਤੁਸੀਂ ਦੇਖ ਸਕਦੇ ਹਾਂ ਕਬਰਸਤਾਨ ਆਬਾਦ ਹੋਈ ਜਾ ਰਹੇ। ਕਦੀ ਹੱਦ ਹੁੰਦੀ ਸੀ ਇਹਨਾਂ ਕਬਰਾਂ ਤੱਕ, ਇਹ ਸਾਹਮਣੇ ਆ ਰਹੀ ਜਿਹੜੀ ਕਬਰਾਂ ਨਾ ਇਹ ਚਿੱਟੀ ਨਜ਼ਰ ਆ ਰਹੀ, ਇਹ ਹੱਦ ਹੁੰਦੀ ਸੀ। ਸਾਡੀ ਵੀ ਜ਼ਿੰਦਗੀ ਇੱਕ ਨਾ ਇੱਕ ਦਿਨ ਆ ਢਲਦੇ ਸੂਰਜ ਤਰ੍ਹਾਂ, ਜਿੱਦਾਂ ਸੂਰਜ ਢਲ ਰਿਹਾ ਵਾ ਸ਼ਾਮ ਹੋ ਰਹੀ ਹੈ, ਸਾਡੀ ਜ਼ਿੰਦਗੀ ਦੀ ਵੀ ਇੱਕ ਦਿਨ ਸ਼ਾਮ ਹੋ ਜਾਣੀ ਇਸੇ ਤਰ੍ਹਾਂ। ਅੱਲਾਹ ਪਾਕ ਸਾਰਿਆਂ ਨੂੰ ਇਸ ਦੁਨੀਆ ਤੋਂ ਅਮਾਲਾ ਨਾਲ ਜਾਵੇ, ਅੱਛੇ ਅਮਾਲਾ ਨਾਲ। ਅੱਲਾਹ ਪਾਕ ਜਿਹੜੇ ਚਲੇ ਗਏ ਉਹਨਾਂ ਸਾਰਿਆਂ ਦੀ ਬਖਸ਼ਿਸ਼ ਫਰਮਾਏ। ਇਹਦੇ ਨਾਲ ਹੀ ਅੱਜ ਦੇ ਵਲੌਗ ਦਾ ਅਸੀਂ ਐਂਡ ਕਰਦੇ ਹਾਂ। ਅਤੇ ਦੱਸਰ ਭਾਈ ਦੁਆ 'ਚ ਯਾਦ ਰੱਖਿਓ, ਮਦੀਨੇ ਜਾਓ ਸਾਡੇ ਵਾਸਤੇ ਵੀ ਦੁਆ ਕਰਿਓ। ਅਤੇ ਅਕਮਲ ਭਾਈ ਮੈਂ ਕਿਹਾ ਜੀ ਅੱਲਾਹ ਹਾਫਿਜ਼ ਕਹਿ ਦਈਏ।
ਠੀਕ ਹੈ ਜੀ। ਮੁਦੱਸਰ ਭਾਈ ਵਾਸਤੇ ਕੋਈ ਪੈਗਾਮ, ਕੋਈ ਦੁਆ ਕਰਾਉਣੀ ਚਾਹੋ? ਮਦੀਨੇ ਪਾਕ ਜਾਂਦੇ ਰਹਿੰਦੇ, ਮੱਕਾ ਪਾਕ ਜਾਂਦੇ ਰਹਿੰਦੇ। ਮੁਦੱਸਰ ਭਾਈ, ਜਿਹੜੇ ਵੀ ਆਪਣੇ ਅਬਾਓ ਅਜਦਾਦ ਅਤੇ ਆਪਣੇ ਕਰੀਬੀ ਜਿਹੜੇ ਰਿਸ਼ਤੇਦਾਰ ਦੋਸਤ ਫੋਤ ਗਾਣ ਨੇ, ਇਸ ਕਬਰਸਤਾਨ ਦੀ ਜ਼ੀਨਤ ਬਣੇ ਪਏ ਨੇ, ਸਪੈਸ਼ਲ ਮਦੀਨੇ ਪਾਕ ਸਾਹਮਣੇ ਰੋਜ਼ੇ ਦੇ ਖੜ ਕੇ ਇਹਨਾਂ ਦੇ ਹੱਕ 'ਚ ਮਗਫਰਤ ਦੀ ਦੁਆ ਕਰ ਦੇਣਾ, ਸਪੈਸ਼ਲੀ ਆਪਣੇ ਸਾਰੇ ਭੈਣਾਂ ਭਰਾ ਨੇ ਜਿਹੜੇ ਵੀ ਸਾਰੇ ਕਬਰਸਤਾਨ 'ਚ। ਅਸੀਂ ਵੀ ਇੱਥੇ ਇੱਕ ਦਿਨ ਆਉਣਾ, ਤੁਸੀਂ ਵੀ ਇੱਥੇ ਆਉਣਾ, ਸਾਡੀ ਆਖਰੀ ਮੰਜ਼ਿਲ ਇਹੀ ਆ। ਅਸੀਂ ਪੂਰੀ ਜ਼ਿੰਦਗੀ ਗੁਜ਼ਾਰਦੇ ਹਾਂ ਇੱਥੇ ਪਹੁੰਚਣ ਵਾਸਤੇ, ਐਂਡ ਸਾਡਾ ਇੱਥੇ ਹੋ ਜਾਂਦਾ। ਇਹਦੇ ਨਾਲ ਹੀ ਅਸੀਂ ਸਾਰੇ ਦੋਸਤਾਂ ਨੂੰ ਇਜਾਜ਼ਤ ਮੰਗਦੇ ਹਾਂ ਸਾਰਿਆਂ ਕੋਲੋਂ, ਖੁਦਾ ਹਾਫਜ਼, ਅਤੇ ਆਪਣੇ ਅਬਾਓ ਇਜਦਾਦ ਕੋਲ ਤੁਸੀਂ ਵੀ ਆਉਂਦੇ ਰਿਹਾ ਕਰੋ ਅਤੇ ਮਗਫਰਤ ਦੀ ਦੁਆ ਕਰਦੇ ਰਿਹਾ ਜੀ। ਖੁਦਾ ਹਾਫਜ਼, ਬਖਸ਼ ਫਰਮਾਵੇ ਸਾਰਿਆਂ ਦੀ, ਅਤੇ ਸਾਡੇ ਹੱਕ 'ਚ ਵੀ ਦੁਆ ਕਰੋ, ਅੱਲਾਹ ਪਾਕ ਸਾਨੂੰ ਵੀ ਮਦੀਨੇ ਦੀ ਜ਼ਿਆਰਤ ਵੀ ਕਰਾਵੇ, ਆਮੀਨ। ਸਾਡੇ ਗੁਨਾਹ ਮਾਫ਼ ਫਰਮਾਵੇ, ਅਤੇ ਅੱਲਾਹ ਪਾਕ ਹਰ ਕਿਸੇ, ਹਰ ਮੁਸਲਮਾਨ ਨੂੰ ਜਿਹੜੇ ਵੀ ਇਸ ਦੁਨੀਆ 'ਤੇ ਮੁਸਲਮਾਨ ਨੇ, ਸਾਰਿਆਂ ਨੂੰ ਅੱਲਾਹ ਪਾਕ ਕਬਰ ਦੀ ਜਗ੍ਹਾ ਅਤੇ ਮਿੱਟੀ ਅਤਾ ਫਰਮਾਏ। ਅੱਲਾਹ ਪਾਕ ਹਰ ਕਿਸੇ ਨੂੰ ਕਬਰ ਅਤਾ ਫਰਮਾਏ, ਆਮੀਨ, ਸੁਮਾ ਆਮੀਨ। ਇਹਦੇ ਨਾਲ ਹੀ ਅੱਲਾਹ ਹਾਫਿਜ਼, ਮਿਲਾਂਗੇ ਨੈਕਸਟ ਵੀਡੀਓ 'ਚ।